अस्सलाम वालेकुम जी। तो आपका भाई आज खाने लगा है जी आलू वाले नान पठानों की दुकान से, वो भी जेसरवाला के करीब, बिल्कुल जेसरवाला में ही है। तो आए आप वीडियो पूरी देखें, लाइक करें, सब्सक्राइब करें, थैंक यू। भूख बहुत ज़्यादा लग रही, तो मैंने कहा चलो जी आलू वाले नान खाने चलते हैं। पर पॉकेट देखी तुम्हारी जेब में पैसे नहीं थे, सॉरी जेब की कच्छे पे जेब भी नहीं थी। तो मैंने कहा चलो चलते हैं, पठान अपना दोस्त है, तो मैंने कहा चलो जी जाना तो पड़ेगा जी, अगर आपका दोस्त है तो उस दोस्त को नाराज ना करे। फिर हम इसके पास आया कि तरला लिया कि भाई उधार कर सकते हो दो नान आलू वाले? उन्होंने कहा सर जी कर सकते हैं, कोई टेंशन नहीं, सारी दुकान ही तुम्हारी है। तो अच्छू इन्हें जी शोहा हो गया, कहा जी दो नहीं उचार लो, जो नैनी को गल की है। बन गए इसी बंदे भी खलोते सन, तो उन्होंने कहा जी कोई गल नहीं खानी, जिन्हें वे रहे तुम चने भी ना, सुबह का नाश्ता भी इन्हें को ना चने खाओ जी, पीठी ना आलू के ला ये बिल्कुल है, चेक कर रहे हो तुम, बहुत ज्यादा मजेदार नान लगते हैं। पहले ਤੁਸੀਂ ਵੀ ਆਓ ਇੱਥੇ ਆ ਕੇ ਨਾਨ ਚੈੱਕ ਕਰੋ, ਇਹਨਾਂ ਦੇ ਰੋਗ ਨਹੀਂ, ਨਾਨ ਵੀ ਤਿਲਾਂ ਵਾਲੇ, ਕੀਮੇ ਵਾਲੇ, ਆਲੂ ਵਾਲੇ, ਸਭ ਕੁਛ। ਅੱਛੂ ਭਾਈ ਬੈਠੇ ਨੇ ਇੰਤਜ਼ਾਰ ਕਰ ਰਹੇ ਨਾਨਾ ਲੱਗਣ ਦਾ, ਤਾਂ ਮੈਂ ਕੋਈ ਗੱਲ ਨਹੀਂ, ਤੰਦੂਰ ਚਲਾਉਂਦੇ ਨੇ, ਤੇ ਜੇ ਤੱਕ ਮੈਂ ਤੁਹਾਨੂੰ ਐਡਰੈਸ ਦੱਸਣਾ ਕਿਤੇ ਵੀ, ਤਾਂ ਉੱਥੇ ਬਿਲਕੁਲ ਆ ਕੇ ਤੁਸੀਂ ਖਾ ਸਕਦੇ ਹੋ। ਪਹਿਲਾਂ ਤੁਸੀਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ, ਜਾਂ ਜਿਹਨਾਂ ਨਹੀਂ ਕੀਤਾ ਉਸ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ, ਫਾਲੋਅਰ ਘੱਟ ਹੋਣਦੇ ਨੇ ਤਾਂ ਮਿਹਰਬਾਨੀ ਹੈ, ਗਲਤ ਗੱਲ ਤੁਸੀਂ ਭਰਾ ਨਾ ਆ ਤਾਵਨ ਨਹੀਂ ਕਰਦੇ, ਤੇ ਆ ਤੰਦੂਰ ਪਾਹਰੇ ਆ ਪੂਰਾ ਧਿਆਨ ਦੇ ਨਾਲ, ਬਿਲਕੁਲ ਪਹਿਲਵਾਨੀ ਕੁਲਫਾ ਦੇ ਕੋਲ, ਉਸ ਤੋਂ ਬਾਅਦ QFC ਦੇ ਕੋਲ, ਉਸ ਤੋਂ ਬਾਅਦ ਪਾਕਿਸਤਾਨ ਸੋਰੀ ਜੇਸਰਵਾਲਾ ਦੇ ਮਸ਼ਹੂਰ ਅੱਡੇ, ਯਾਨੀ ਕਿ ਜੇਸਰਵਾਲਾ ਸਟਾਪ ਦੇ ਉੱਤੇ ਨਾਨ ਵੇਖਦੇ ਤੁਸੀਂ ਲੱਗ ਚੁੱਕੇ ਨੇ, ਜੇਸਰਵਾਲਾ ਸਟਾਪ ਦੇ ਉੱਤੇ ਆ, ਉੱਥੇ ਆ ਕੇ ਜੀ ਤੁਸੀਂ ਮੇਰਾ ਨਾਂ ਲਵੋ, ਠੀਕ ਹੈ, ਤੁਹਾਨੂੰ ਲਿੱਤਰ ਪੈਣਗੇ, ਸੋਰੀ ਤੁਹਾਨੂੰ ਆ ਕਹਿਣਾ ਜੀ ਪਠਾਣਾ ਦੀ ਦੁਕਾਨ ਤੇ ਜਾਣ ਆਲੋ ਵਾਲੇ ਨਾਨ ਲਵੋ ਜੀ, ਘਿਓ ਸ਼ਿਓ ਲੱਗ ਰਹੇ, ਅਸੀਂ ਨਾਨ ਲੈ ਕੇ ਜਾਣੇ ਕਿਉਂਕਿ ਜੀ ਬੜੇ ਜੇ ਵੇਖਣਗੇ, ਤੇ ਐਸੇ ਨਾਨ ਪੈਕ ਹੋ ਚੁੱਕੇ ਨੇ, ਤੇ ਤੁਸੀਂ ਇੱਥੇ ਆ ਕੇ ਨਾਨ ਸ਼ਾਨ ਖਾਓ, ਤੇ ਅਸੀਂ ਹੁਣ ਤੁਰ ਚੱਲੇ ਜੀ, ਉੱਥੇ ਗੱਡੀ ਫੜਨੀ ਹੈ ਤੇ ਜਾਣਾ ਅਸਾਂ ਸੂਏ, ਤੇ ਉੱਥੇ ਬਹਿ ਕੇ ਖਾਣੇ, ਇੱਕ ਗੱਡੀ ਵੀ ਕੱਢ ਲੱਗੇ ਜੀ ਇੱਥੇ ਦੁਕਾਨ ਦੇ ਅੰਦਰ, ਵੇਖ ਰਹੇ ਤੁਸੀਂ, ਮੈਂ ਬੜਾ ਖੁਸ਼ ਹਾਂ ਆਲੂ ਵਾਲੇ ਨਾਨ ਚੁੱਕੇ ਨੇ, ਮੈਂ ਕੋਈ ਗੱਲ ਹੁਣ ਮਜਬੂਰੀ, ਅੱਛੂ ਨੇ ਸਾਡੇ ਨਾਲ ਬਗੈਰਤੀ ਕੀਤੀ, ਤੇ ਕੋਈ ਨਹੀਂ ਕਰਾਂਗੇ, ਵਾਲਾਂ ਨੂੰ ਤੇਲ ਮੱਲਿਆ, ਚੰਗੜਾ ਹਾਲਤ ਦੇ ਵਿੱਚ ਸੜਕ ਤੇ ਖਲੋਤੇ ਆ ਸਾਰੇ ਜੀ, ਮੇਰੇ ਵੱਲੋਂ ਵੇਂਦੇ ਨੇ ਪੇ ਚੰਗੜ ਮੋਬਾਈਲ ਫੜੇ ਆਹੋ, ਫਿਰ ਅਸੀਂ ਕੱਢ ਲੱਗੇ ਜੀ ਗੱਡੀ 70 ਦੇ ਵਿੱਚੋਂ, ਉਹਨਾਂ ਕੈਚ ਨੇ ਕਿਹਾ ਮੇਰਾ ਕਿੰਨਾ ਖੁਸ਼ ਹੈ, ਨਾਲ ਹੀ ਥੋੜੀ ਦੇਰ ਬਾਅਦ ਪਤਾ ਲੱਗਾ ਜੀ ਗੱਡੀ ਪੈਂਚਰ ਬਾਹਰ ਨਿਕਲਿਆ, ਦਾਦੀ ਖਲੋਤੀ ਉਹਨੇ ਗਾਲਾਂ ਸ਼ਾਲਾ ਕੱਢੀਆਂ, ਫਿਰ ਨਾਲ ਤਾਏ ਦੇ ਕੋਲ ਗਏ, ਉੱਥੇ ਜੀ ਲੇਲੇ ਬਾਹਰ, ਉੱਥੇ ਗੱਡੀ ਫੜੀ ਹੈ ਜੀ, ਉੱਥੇ ਹੀ ਗੱਡੀ ਤੇ ਬੈਠਿਆ, ਤੇ ਲੱਲਾ ਖੈਰ ਚੱਲ ਅਸੀਂ ਚੱਲਿਆ ਜੀ ਸੂਏ, ਤੇ ਫਿਰ ਸਾਡੀ ਸਲਾਹ ਬਦਲੀ ਨਹੀਂ, ਹੁਣ ਬੋਤਲ ਤੇ ਬਣਦੀ ਹੈ, ਤੁਹਾਡਾ ਵੀਰ ਆ ਗਿਆ ਜੀ ਫਰਾਂ ਦੀ ਦੁਕਾਨ ਤੇ, ਮੈਂ ਆਪਣੀ ਦੁਕਾਨ ਤੇ ਮੁੱਕੀ ਫਰਾਂ ਦੀ ਦੁਕਾਨੋਂ ਬੋਤਲ ਲਈ ਜੀ, ਇੱਕ ਡਿਊ ਦੀ ਲੀਟਰ ਦੀ ਨਾਲ ਦੋ ਗਲਾਸ ਨੇ, ਤੇ ਚੋਰੀ ਬਾਦਰ ਹਾਲ ਪਿਆ, ਤੇ ਮੈਂ ਚੱਲੀ ਜੀ ਸੂਏ ਤੇ, ਆਂਦੇ ਨਹੀਂ ਸੂਏ ਵਾਲੇ ਨੇ ਸ਼ਹੀਦ ਬਾਦਸ਼ਾਹ, ਤੇ ਚਲੋ ਉੱਥੇ ਚੱਲਦੇ ਹਾਂ ਡੇਰੇ ਤੇ ਬਹਿੰਦੇ ਹਾਂ, ਮੈਂ ਨਹੀਂ ਯਾਰ ਪੇ ਤੇ ਹੀ ਪੈ ਗਏ ਜੀ, ਕਿਤੇ ਸ਼ਹੀਦ ਬਾਦਸ਼ਾਹ ਆ ਚੁੱਕੇ ਆ, ਤੁਸੀਂ ਹਲੇ ਤੇ ਹੀ ਸੂਏ ਦਾ ਘੱਟ ਪਰਤਾਇਆ, ਤੇ ਅਸੀਂ ਹੁਣ ਇੱਥੇ ਜਾਣਾ ਜੀ ਸ਼ਹੀਦ ਬਾਦਸ਼ਾਹ, ਸਿੱਧਾ ਸ਼ਹੀਦ ਬਾਦਸ਼ਾਹ ਜਾ ਕੇ ਤੁਹਾਡਾ ਵੀਰ ਉੱਥੇ ਬਹਿ ਕੇ ਇੰਜੋਏ ਯੋਰ ਸੈਲਫ ਕਰੇਗਾ, ਸਾਰੀ ਗੱਲ ਉੱਥੇ ਛਾਂ ਤੇ ਧੁੱਪ ਬਹੁਤ ਜ਼ਿਆਦਾ ਗਰਮੀ ਵੀ, ਤੇ ਮੈਂ ਸਿਰ ਤੇ ਤੇਲ ਲਾ ਲਿਆ, ਵਾਲਾਂ ਤੇ ਮੇਰੇ ਆਵਾਜ਼ਾਂ ਹੀ ਹੋ ਰਹੀ, ਤੁਹਾਨੂੰ ਮੈਂ ਅਸਲੀ ਸਭ ਕੁਝ ਵਿਖਾ ਰਿਹਾ ਕਿ ਵੇਖੋ ਸਾਰਾ ਕੁਝ, ਜਿੰਨਾ ਯਾਰ ਟਾਊਨ ਵਾਲਿਆਂ ਨੇ ਹੜੱਪ ਰੁੱਪ ਲਿਆ, ਤੇ ਅਸਲੀ ਤੁਸੀਂ ਮੇਰੇ ਨਾਲ ਆਇਆ ਕਰੋ, ਤੁਹਾਨੂੰ ਵੀਡੀਓ ਸ਼ੂਟਿੰਗ ਬਣਾਵਾਂਗੇ, ਇੰਜੋਏ ਯੋਰ ਸੈਲਫ ਕਰਾਂਗੇ, ਡੇਰੇ ਵੱਲੋਂ ਅਸੀਂ ਪੈ ਚੁੱਕੇ, ਤੇ ਅਸੀਂ ਜਾ ਰਹੇ ਜੀ ਸਿੱਧਾ ਸ਼ਹੀਦ ਬਾਦਸ਼ਾਹ, ਅਰੇ ਉੱਥੇ ਮੇਲੇ ਵੀ ਲੱਗਦੇ ਨੇ, ਉਰਸ ਵੀ ਹੁੰਦਾ, ਪਰ ਐਤਕੀ ਕੱਖ ਨਹੀਂ, ਹਲੇ ਤੱਕ ਅੱਜ ਦਿਨ ਵੀ ਪਤਾ ਨਹੀਂ ਕਿਹੜਾ ਲਈ ਬਿਹਤਰ ਜਾਂਦਾ, ਤੇ ਇਸ ਲਈ ਉੱਥੇ ਚੱਲੇ ਹਫਤੇ ਦਾ ਦਿਨ ਹੈ, ਤੇ ਹੀ ਉੱਥੇ ਜਾ ਰਹੇ ਜੀ, ਮੈਂ ਚਲੋ ਚੱਲਦੇ ਹਾਂ, ਨਾਲੇ ਸਲਾਮ ਕਰ ਆਈਏ, ਫਿਰ ਮੈਂ ਯਾਰ ਕੱਪੜੇ ਮੇਰੇ ਗੰਦੇ ਨੇ, ਮੈਂ ਸਵੇਰ ਦਾ ਕੰਮ ਲੱਗਾ, ਫਜ਼ਲੋ ਕਰਮ ਦੇ ਨਾਲ ਸ਼ਹੀਦ ਬਾਦਸ਼ਾਹ ਦੇ ਪੇ ਤੇ ਪਹੁੰਚ ਚੁੱਕਿਆ, ਤੇ ਵੇਰੋ ਆਲੇ ਦੁਆਲੇ ਨਹਿਰ ਹੈ, ਸੋਰੀ ਇੱਥੇ ਪਾਣੀ ਥੋੜਾ ਹੀ ਇੰਨਾ ਨਹੀਂ, ਉੱਧਰ ਇੱਕ ਪਾਸੇ ਸਾਫ ਇੱਕ ਪਾਸੇ ਗੰਦਾ, ਲਈ ਬਿਹਤਰ ਜਾਂਦਾ ਪਿਆ, ਬਿਲਕੁਲ ਸਾਹਮਣੇ ਜੀ ਸ਼ਹੀਦ ਬਾਦਸ਼ਾਹ, ਉੱਥੇ ਅਸੀਂ ਪਹੁੰਚ ਚੁੱਕੇ ਹਾਂ, ਤੇ ਇੱਥੇ ਆ ਕੇ ਅਸੀਂ ਹੁਣ ਖਾਣਾ ਖਾਵਾਂਗੇ, ਉਸ ਤੋਂ ਪਹਿਲਾਂ ਜੀ ਹੱਥ ਸ਼ੱਤ ਹੋਵਾਂਗੇ, ਦਰਬਾਰ ਦੇ ਸਦਕੇ ਲਾਈਕ ਕਰ ਦਿਓ, ਬਹੁਤ ਸਖੀ ਦਰਬਾਰ ਹੈ, ਠੀਕ ਹੈ, ਪੀਰ ਸ਼ਹੀਦ ਸ਼ਾਹ, ਬਾਬਾ ਜੀ ਸ਼ਹੀਦ ਸ਼ਾਹ, ਬਾਬਾ ਜੀ ਸ਼ਹੀਦ ਸ਼ਾਹ, ਠੀਕ ਹੈ, ਬਾਬਾ ਜੀ ਕੀ ਅਨੁਮਾਦੇ ਨੇ, ਜਲਾ ਤੁਹਾਡਾ ਭਲਾ ਕਰੇ, ਤੇ ਸ਼ਹੀਦ ਬਾਦਸ਼ਾਹ, ਤੇ ਇੱਥੇ ਆਓ, ਇਹ ਦਰਬਾਰ ਹੈ, ਮਾਸ਼ਾਅੱਲਾ ਅੰਦਰ ਬੈਠਨੇ ਆ, ਤੇ ਸੋਰੀ ਨਹੀਂ ਯਾਰ ਬਾਹਰ ਬਹਿਣਾ, ਅੰਦਰ ਕੋਈ ਗਲਤ ਗੱਲ, ਕੱਪੜੇ ਸਾਡੇ ਸਾਫ ਨਹੀਂ ਹੈ, ਗੰਦੇ, ਵੇਖਾਂ ਮੈਂ ਕਿਵੇਂ ਸਵੇਰੇ ਕੰਮ ਲੱਗਾ ਹੋਈ, ਤੇ ਬਹਿ ਚੁੱਕਿਆ, ਤੇ ਇਹ ਨਾਨ ਖਾਵਾਂਗੇ, ਟਰਾਈ ਕਰਕੇ ਦੱਸਦੇ ਹਾਂ ਤੁਹਾਨੂੰ, ਤੇਰਾ ਅੱਛੂ ਤੇ ਖੋਤੀ ਬਹਿ ਗਏ ਨੇ, ਸੋਰੀ ਅੱਛੂ ਤੇ ਬਾਦ ਬਹਿ ਗਏ ਨੇ, ਤੇ ਨਾਨ ਨੇ ਤਾਂ ਮੈਂ ਵੀ ਚੌਂਕਰੀ ਮਾਰ ਲਈ, ਮੈਂ ਕੋਈ ਗੱਲ ਨਹੀਂ, ਬਿਸਮਿਲਾ ਪੜ੍ਹ ਕੇ ਲੁਕਮਾ ਲਾਇਆ, ਬਹੁਤ ਮਜ਼ੇਦਾਰ ਹੈ, ਇਸ ਲਈ ਮੈਂ ਨਾ ਤੁਸੀਂ ਵੀ ਖਾਓ, ਇਹਨਾਂ ਵੀ ਖਾਧੇ, ਤੇ ਬਹੁਤ ਯਮਨ ਕਡੀਟਾ ਨਾਲ ਡਿਊ ਦੀ ਬੋਤਲ ਮੈਂ, ਉਹ ਤੇ ਲਾਜ਼ਮੀ ਪਾਉਂਦੀ ਹੈ, ਦੋ ਤੇ ਗੋਗਲਾਸ ਤੁਹਾਡਾ ਵੀਰ ਘੱਟੇ ਪੀ ਕੇ ਚੈੱਕ
ਕਰ ਰਿਹਾ ਯਮਨ ਕਟੀਟਾ ਪਹਿਲਾਂ ਤਾਂ ਇਹ ਵੇਖ ਰਹੇ ਫਿਰ ਤੁਸੀਂ ਸਭ ਤੋਂ ਬਾਅਦ 'ਚ ਜੈਨਮਨ ਕਿਉਂ ਕਰ ਰਹੇ ਹੋ ਮੈਂ ਫਿਰ ਨਲਕੇ ਤੋਂ ਹੱਥ ਧੋਤੇ ਉੱਥੋਂ ਵਾਪਸ ਚੱਲੇ ਹਾਂ ਅਤੇ ਅੱਛੂ ਨੇ ਕਿਹਾ ਜੀ ਵਾਪਸ ਕਿੱਧਰ ਦੀ ਜਾਣਾ ਮੈਂ ਟਾਊਨ ਵੱਲੋਂ ਚੱਲਦੇ ਜ਼ਰਾ ਸੈਰ ਸੈਰ ਕਰ ਰਹੇ ਵੀਡੀਓ ਸ਼ੀਡੀਓ ਬਣਾਉਣ ਕਿਹਾ ਨਹੀਂ ਯਾਰ ਜਿੱਦਰੋਂ ਆਏ ਉੱਧਰ ਮੈਂ ਨਹੀਂ ਟਾਊਨ ਬਿਹਤਰ ਟਾਊਨ ਵੱਲ ਚੱਲਦੇ ਹਾਂ ਅਤੇ ਇਸ ਲਈ ਟਾਊਨ ਅਸਲ ਅਸੀਂ ਚੱਲੇ ਅਤੇ ਟਾਊਨ ਜਾ ਕੇ ਅਸਾਂ ਕੀ ਕਰਨਾ ਹੈ ਚਮਾ ਲਾਕੋ ਮਤਲਬ ਮੈਂ ਤੁਹਾਨੂੰ ਉਦੋਂ ਦੱਸਾਂਗਾ ਜਦੋਂ ਮੇਰੇ 350 ਸਬਸਕ੍ਰਾਈਬਰ ਹੋ ਗਏ ਚਮਾ ਲਾਕੋ ਕੀ ਹੈ ਚਮਾ ਲਾਕੋ ਕਿਉਂ ਹੈ ਚਮਾ ਲਾਕੋ ਕਿੰਜ ਚਮਾ ਲਾਕੋ ਕੀ ਹੋਇਆ ਸੀ ਚਮਾ ਲਾਕੋ ਨੂੰ ਕਿੰਜ ਹੋਇਆ ਅਤੇ ਚਮਾ ਲਾਕੋ ਨੂੰ ਕੀ ਨਹੀਂ ਹੋਇਆ ਅਤੇ ਇਸ ਲਈ ਅਸੀਂ ਹੁਣ ਪੈ ਗਏ ਜੀ ਪੇਅਲ ਨੂੰ ਦੁਬਾਰਾ ਵਾਪਸ ਵੱਲ ਤੁਹਾਡਾ ਵੀਰ ਮੈਂ ਅਤੇ ਅੱਛੂ ਖੋਤੀ ਅਤੇ ਉਸ ਤੋਂ ਬਾਅਦ ਆਬਾਦ ਸਾਈ ਇੱਥੋਂ ਹੀ ਵਾਪਸ ਚੱਲੇ ਹਾਂ ਜੀ ਅਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਨੇ ਯਾਰ ਟਾਊਨ ਵੱਲ ਜਾਣਾ ਭਾਈ ਤਰਲਾ ਛੱਲਾ ਪਾਇਆ ਅਤੇ ਉਹਨਾਂ ਨੇ ਕਿਹਾ ਚਲੋ ਜੀ ਟਾਊਨ ਵੱਲ ਚੱਲਣਾ ਬੋਤਲ ਮੈਂ ਪਲਾਸਟਿਕ ਦੀ ਫੜੀ ਮੈਂ ਬੋਤਲ ਕਿਉਂ ਫੜੀ ਆ ਤੁਹਾਨੂੰ ਮਕਸਦ ਪਤਾ ਚੱਲ ਜਾਏਗਾ ਬਾਅਦ 'ਚ ਐਂਡ 'ਤੇ ਕਿਉਂਕਿ ਵੀਡੀਓ ਦੇ ਵਿੱਚ ਮੈਂ ਥੋੜ੍ਹਾ ਜਿਹਾ ਮਜ਼ਾ ਤੁਹਾਨੂੰ ਦੱਸਾਂਗਾ ਮੈਂ ਬੋਤਲ ਕਿਉਂ ਯਾਰ ਫੜੀ ਹੈ ਬੋਤਲ ਦਾ ਬੜਾ ਜਿਹਾ ਫਾਇਦਾ ਹੋਇਆ ਇਸ ਲਈ ਬੋਤਲ ਮੈਂ ਵਾਰ ਵਾਰ ਤੁਹਾਨੂੰ ਆ ਰਹੀ ਪੈ ਚੁੱਕਿਆ ਜੀ ਟਾਊਨ ਵਾਲਾ ਟਾਊਨ ਜੇ ਸਾਰਾ ਇੱਥੋਂ ਸ਼ੁਰੂ ਹੋ ਚੁੱਕਿਆ ਟਾਊਨ ਵਾਲਿਆਂ ਨੇ ਹੜਪ ਲਈ ਹਰ ਪਾਸਿਓਂ ਇੱਧਰ ਉੱਧਰ ਫਲਾਂ ਅਤੇ ਟੀਂਗ ਅਤੇ ਟੂੰਗ ਅਤੇ ਟਾਂਗ ਅਤੇ ਹਰ ਪਾਸੇ ਟਾਊਨ ਵਾਲਿਆਂ ਲਈ ਇਹ ਜਗ੍ਹਾ ਤੁਸੀਂ ਵੇਖ ਰਹੇ ਹੋ ਸਾਰੇ ਇੱਥੇ ਬੈਡਮਿੰਟਨ ਦੀ ਵੀ ਜਗ੍ਹਾ ਉਹ ਵੀ ਮੈਂ ਤੁਹਾਨੂੰ ਆਹਾਨੇ ਦੀ ਚਿੜੀ ਛਿੱਕਾ ਸਭ ਕੁਛ ਹੈ ਵੇਖੋ ਇੰਜੋਏ ਯੋਰ ਸੈਲਫ ਹੁੰਦੇ ਨੇ ਖੇਡਦੇ ਰਹਿੰਦੇ ਨੇ ਬਜਾਚੇ ਅਤੇ ਤਾਂ ਤੁਹਾਨੂੰ ਆਹਨਾ ਤੁਸੀਂ ਵੀ ਇੱਥੇ ਆਓ ਯਾਰ ਇੰਜੋਏ ਯੋਰ ਸੈਲਫ ਕਰੋ ਪੂਰਾ ਟਾਊਨ ਬਿਲਕੁਲ ਜੇਸਰ ਵਾਲਾ ਅਤੇ ਬਿਲਕੁਲ ਕੋਲ ਹੈ ਸੋਰੀ ਜੇਸਰ ਵਾਲਾ ਕੀ ਮੇਰੇ ਚਾਚੇ ਦੇ ਖੂਹ ਦੇ ਪੀਟਰ ਦੇ ਨਾਲ ਆ ਵੇਖੋ ਸੜਕਾਂ ਬਣੀਆਂ ਨੇ ਪਾਣੀ ਤਰੌਂਕਾ ਲਾ ਰਹੇ ਨੇ ਇਸ ਲਈ ਮੈਂ ਨਾ ਤੁਸੀਂ ਵੀ ਆਓ ਇੱਥੇ ਤੁਹਾਨੂੰ ਵੀਡੀਓ ਵੀ ਵਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਇੰਜੋਏ ਵੀ ਕਰਾਵਾਂਗੇ ਜੇ ਸਾਡੇ ਕੋਲ ਮਹਿਮਾਨ ਆਏਗਾ ਮਹਿਮਾਨ ਬਣ ਕੇ ਨੂੰ ਹੀ ਖਾਲੀ ਨਹੀਂ ਕਰਾਂਗੇ ਉਹਨੂੰ ਛਪੇੜਾ ਮਾਰ ਕੇ ਕਰਾਂਗੇ ਨਾਲ ਬੋਤਲ ਪਿਆ ਕਰਾਂਗੇ ਵੇਰੇ ਬੋ ਫੈਕਟਰੀ ਬਹੁਤ ਜ਼ਿਆਦਾ ਆ ਰਹੀ ਦਿਮਾਗ ਬੋਤਲ ਗਿਆ ਅਤੇ ਇਸ ਲਈ ਅਸੀਂ ਹੁਣ ਟਾਊਨ ਦੇ ਵਿੱਚ ਪੈ ਚੁੱਕੇ ਤਾਂ ਤੁਸੀਂ ਵੇਰੇ ਉੱਥੇ ਉਸ ਪਾਸੇ ਇੰਟਰਚੇਂਜ ਵੀ ਮੋਟਰਵੇ ਯਾਨੀ ਕਿ ਮੋਟਰਵੇ ਦੀਆਂ ਜਿਹੜੀ ਕੀ ਸੀਗੀ ਤਾਂ ਕੀ ਸੀ ਤੁਹਾਨੂੰ ਪਤਾ ਸੜ ਜਾਏਗੀ ਸਾਡੀ ਜਿਹੜੀ ਕੀ ਸੀ ਇਸ ਲਈ ਅਸੀਂ ਜਾ ਰਹੇ ਹਾਂ ਜੀ ਹੁਣ ਵਾਪਸ ਮੈਂ ਘਰ ਵੱਲ ਨੂੰ ਚੱਲੀ ਬਹੁਤ ਦੇਰ ਹੋ ਗਈ ਘਰ ਚੱਲ ਗਿਆ ਤੁਹਾਨੂੰ ਬੋਤਲ ਦਾ ਹੁਣ ਦੱਸਣਾ ਵੀ ਇੱਕ ਬੋਤਲ ਅਸਾਂ ਕੇਸ ਵਾਈ ਤੋਂ ਫੜੀ ਸੀ ਅਤੇ ਬੋਤਲ ਦਾ ਸਾਡਾ ਕੀ ਹੱਲ ਹੈ ਬੋਤਲ ਹਾਂ ਕਿਉਂ ਪੜੀ ਹੈ ਬੋਤਲ ਹੀ ਮੇਨ ਮਕਸਦ ਹੈ ਵੇਰੇ ਤੁਸੀਂ ਮਿਲਾ ਜੋ ਸਨਸਕ੍ਰੀਨ ਦੇ ਹਰ ਪਾਸੇ ਬੈਨਰ ਲੱਗੇ ਨੇ ਬਹੁਤ ਜ਼ਿਆਦਾ ਮਜ਼ੇਦਾਰ ਯਾਰ ਸੁਸਾਇਟੀ ਆਓ ਬਹੁਤ ਜ਼ਿਆਦਾ ਚੱਸ ਮਿਲਦੀ ਜਦੋਂ ਸ਼ਾਮ ਦਾ ਟਾਈਮ ਪੈਂਦਾ ਇੱਥੇ ਭੌਂਡੀ ਛੁੰਡੀ ਵਾਲਾ ਵੀ ਸੀਨ ਬਹੁਤ ਜ਼ਿਆਦਾ ਹੁੰਦਾ ਪਿਆਲੀ ਵੀ ਇੱਥੇ ਖਾਓ ਪੀਓ ਇੱਥੇ ਵਾਟਰ ਪੂਲਿੰਗ ਇੱਥੇ ਸ਼ਾਮੀ ਪਾਣੀ ਵੀ ਜਹਾਜ਼ ਅੰਗਰਾਰਾ ਉੱਡਦਾ ਅਤੇ ਤੁਸੀਂ ਮੈਂ ਤੁਹਾਨੂੰ ਤੁਹਾਨੂੰ ਨਾਲ ਤੁਸੀਂ ਆਇਆ ਕਰੋ ਇੱਥੇ ਆ ਕੇ ਇੰਜੋਏ ਕਰਿਆ ਕਰੋ ਨਾਲ ਇਸ ਤੋਂ ਬਾਅਦ ਕਿ ਵਾਕ ਦਾ ਬੈਸਟਰੀਨ ਹਾਲ ਹੈ ਫਿਰ ਵੀ ਬੋਤਲ ਤੁਸੀਂ ਵੇਰੇ ਮੈਂ ਕੱਛੇ ਲਾਈ ਹੈ ਬੋਤਲ ਮੈਂ ਕੋਲ ਹੀ ਰੱਖਣੀ ਕਿਉਂ ਕਿਉਂਕਿ ਬੋਤਲ ਮੇਰੇ ਕੰਮ ਦੀ ਹੈ ਮੈਂ ਬੋਤਲ ਕਿਸ ਕੰਮ ਇਸਤੇਮਾਲ ਕਰਨੀ ਮੈਂ ਤੁਹਾਨੂੰ ਦੱਸਾਂਗਾ ਬਾਹਰ ਆ ਚੁੱਕੇ ਹਾਂ ਅਤੇ ਉਸ ਤੋਂ ਬਾਅਦ ਜੀ ਬਾਹਰ ਆਇਆ ਵੇਖੋ ਸਾਈਡ 'ਤੇ ਪੱਥਰ ਪਏ ਨੇ ਕਸ਼ਮੀਰੋਂ ਪੱਥਰ ਲਿਆਉਂਦੇ ਹਨ ਤਾਂ ਮੈਂ ਤੁਹਾਨੂੰ ਨਾ ਬੋਤਲ ਮੇਰੇ ਲਈ ਵੀ ਕੰਮ ਦੀ ਬੋਤਲ ਮੈਂ ਤੁਹਾਨੂੰ ਬਾਰ ਬਾਰ ਵਹਾ ਰਿਹਾ ਸੀ ਕਰੀਬ ਪਹੁੰਚ ਚੁੱਕੇ ਹਾਂ ਅਤੇ ਸੋਰੀ ਯਾਨੀ ਕਿ ਅਸੀਂ ਆਪਣੇ ਘਰ ਹੀ ਪਹੁੰਚ ਚੁੱਕੇ ਅਸੀਂ ਆਪਣੇ ਜਦੋਂ ਘਰ ਆਉਣਾ ਤਾਂ ਚਮਨ ਲਾਕੋ ਹੋਣਾ ਹੀ ਹੋਣਾ ਕਿਉਂਕਿ ਤੁਸੀਂ ਬੋਤਲ ਬਿਹਤਰ ਜਾਣਦੇ ਹੋ ਮੇਰੇ ਨਾਲ ਇਸ ਲਈ ਚਮਨ ਲਾਕ ਕਰਨ ਤੋਂ ਪਹਿਲਾਂ ਚਮਨ ਲਾਕੋ ਚਮਨ ਲਾਕੋ ਚਮਨ ਲਾਕੋ ਬਿਲਕੁਲ ਅਸੀਂ ਪਹੁੰਚ ਚੁੱਕੇ ਜੀ ਅੱਛੇ ਦੇ ਘਰ ਗੱਡੀ ਖਿਲਾਰੀ ਉੱਥੋਂ ਪੈਦਲ ਹੁਣ ਜਾਣਾ ਅਸਾਂ ਘਰ ਵੱਲ ਨੂੰ ਗਲੀ ਦੇ ਵਿੱਚ ਆਉਂਦੀ ਅਤੇ ਬੋਤਲ ਤੁਸੀਂ ਵੇਖ ਲਈ ਮੇਰੇ ਹੱਥ 'ਚ ਕਿਉਂ ਕਿਉਂਕਿ ਬੋਤਲ ਦੀ ਲੋੜ ਹੈ ਮੇਰੀ ਜਾਨ ਹੈ ਚੈੱਕ ਕਰ ਰਹੇ ਬੋਤਲ ਕਿਉਂਕਿ ਇਸ ਕੰਮ ਵਾਲੀ ਮੈਂ ਤੁਹਾਨੂੰ ਦੱਸਣਾ ਇੱਥੋਂ ਜਾਣਾ ਸਿੱਧਾ ਜਾ ਕੇ ਦੁਕਾਨੇ ਆਪਣੀ ਸੁੱਟਣੀ ਹੈ ਬੋਤਲ 1 ਰੁਪਏ ਦੀ ਬੋਤਲ ਹੈ ਬਚਤ ਕਰਿਆ ਕਰੋ ਤਾਂ ਹੁਣ ਮੈਂ ਨਹਾ ਕੇ ਬਾਹਰ ਆਇਆ ਅਤੇ ਮੈਂ ਚਲੋ ਯਾਰ ਤੁਹਾਨੂੰ ਮਿਲ ਲਈਦਾ ਥੋੜ੍ਹਾ ਜਿਹਾ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤਾਂ ਇਹਦੀ ਵੀਡੀਓ 'ਤੇ ਖਤਮ ਕਰਨ ਲਈ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮਚ ਐਂਡ ਤੁਹਾਡੇ ਲਈ ਇੰਨੀ ਮਿਹਨਤ ਕੀਤੀ ਇਸ ਲਈ ਲਾਈਕ ਯਾਰ 1-1 ਬਣਦਾ ਅਤੇ ਸਾਰੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅੱਲਾ ਹਾਫਿਜ਼।